मैं याद कर रहा। पहले दस कर जिंदगी पढ़ ला। आ बुआ भेड़ी नहीं आ रही है। बुआ भेड़ दिया प्रेस करो ताकि मजीद आने वाली वीडियो देख सकन। तो असी आसे नाल अपने प्रोग्राम का आगाज करते हैं। साढ़े अज नाल हैगी बच्चा पार्टी। लिड्डा पागल मौत दे खूह च नचदा हुंदा है, खुसरा हुंदा मौत दे खूह च। अच्छा, उत्तों ना एक जहाज आ जांदा, जहाज ऐ ठीपा दा खांदा, इहदे नाल दा खुसरा कहिंदा हेलमेट पा ला, इह डेला पार दिंदे। इहनां नाल दे घर ना भाई फौतगी होगी, कुत्ते गया नहीं। मैंने पुछा तू कदों गया, कहिंदा मैनूं बड़ा काड़ आया। हांजी, अपना नाम हमाद अली। हमाद अली, हमाद भाई सानूं कोई शुकली जी गलबात सुनाओ कि जिहड़ा सानूं सारिआं नूं मज़ा आ जाए। नहर च ना आंदे आ, मैं कुछ खा भी लिया कर, कहिंदा गोते खा ते रहा वा। करो ठोडे खा गया बाहर आ, कहिंदा मैं पावे खा गया। ਇਹ ਵੀ ਪਈ ਐਡਾ ਪਾਗਲ, ਐਡਾ ਪਾਗਲ ਕਬਰਸਤਾਨ ਦੇ ਬਾਹਰ ਦਹੀਂ ਭੱਲੇ ਵਿੱਚ ਲਾਇੰਦਾ। ਮੈਂ ਕਿੱਦਾਂ ਕੋਈ ਹੋ ਗਈ ਬੋਣੀ ਬੋਣੀ, ਕਹਿੰਦਾ ਹਲੇ ਤਾਂ ਸਾਰੇ ਸੋ ਗਏ ਨਹੀਂ ਉੱਠੇ ਆ। ਚਲੋ ਜਿਹੜੀ ਸਪੀਡ ਬੋਟ ਸਮੁੰਦਰ 'ਚ ਨਹੀਂ ਲੈ ਕੇ ਵੜੀ ਦੀ, ਉਹ ਨਾਲੇ 'ਚ ਲੈ ਕੇ ਵੜਿਆ ਹੋਇਆ। ਆਹ ਆਪਣੇ ਯਾਰਾਂ ਨੂੰ ਗੱਲ ਸੁਣਾ ਰਿਹਾ, ਕਹਿੰਦਾ ਸਮੁੰਦਰੀ ਰੋਡ ਨਹੀਂ, ਕਹਿੰਦਾ ਸਮੁੰਦਰ ਵੱਲ ਨੂੰ ਜਾਂਦਾ। ਇਹਨੇ ਫੇਕ ਫੈਮਿਲੀ ਕੋ ਕੁੱਟ ਖਾ ਲਈ। ਉਹ ਕਿੱਦਾਂ ਸਿੰਧ ਬਾਗ, ਉਹਨੇ ਪੁੱਛਿਆ ਕਹਿੰਦਾ ਸਿੰਧ ਬਾਗ ਕਿੱਥੇ, ਕਹਿੰਦਾ ਉਹ ਤਾਂ ਸਿੰਧ ਆ, ਉਹ ਤਾਂ ਸਿੰਧ ਆ। ਡਰਾਈਵਰ ਕੋ ਕੁੱਟ ਖਾ ਲਈ, ਮੈਂ ਕਿਹਾ ਉਹ ਕਹਿੰਦਾ ਮੈਂ ਡਰਾਈਵਰ ਨਹੀਂ ਪੁੱਛੀ ਨਾ ਕਿੱਥੇ ਉਤਰਨਾ। ਇਹਦੇ ਖਾਨਦਾਨ ਦੇ ਸਾਰੇ ਫਰਦ ਮਾਰ ਗਏ ਅਤੇ ਪੁਲਿਸ ਵਾਲਿਆਂ ਨੇ ਪੁੱਛਿਆ, ਕਹਿੰਦੇ ਇਹ ਕਿੱਦਾਂ ਮਰੇ, ਕਹਿੰਦਾ ਇੱਟਾਂ ਨਾ ਕੈਦੀ ਕੈਦੀ ਗਿਟਕ ਦੀ ਚੌਂਝ ਹੁੰਦੀ। ਉਹ ਇੱਕ ਲੱਤ ਵਾਲਾ ਕੱਚਾ ਹੁੰਦਾ, ਕੋਈ ਹੋਰ ਜਗ੍ਹਾ ਤੋਂ ਮਾਰ। ਇਹਦਾ ਭਾਈ ਪੂਰਾ ਖਾਨਦਾਨ ਮਰ ਗਿਆ, ਮੈਂ ਕਿਹਾ ਤੇਰੀ ਦਾਦੀ ਕਾਹਤੋਂ ਨਹੀਂ ਮਰੀ, ਕਹਿੰਦਾ ਚੀਟੇ ਲੱਗੀ। ਪਿਸਤੌਲ ਲੈ ਗਿਆ ਅਤੇ ਉਹ ਮੋਬਾਈਲਾਂ ਵਾਲੇ ਕੋਲ ਲੈ ਗਿਆ, ਜਾ ਕਹਿੰਦਾ ਇਹ 'ਚ ਗਾਣੇ ਕਰ ਦਿਉ। ਫਰਿਸ਼ਤੇ ਨੂੰ ਜੰਨਤ 'ਚ ਲੈ ਜਾਂਦੇ, ਕਹਿੰਦਾ ਕਿੱਦਾਂ ਫਿਰ ਜੰਨਤ ਕਿੱਦਾਂ, ਕਹਿੰਦਾ ਲੋਲ ਹੋ ਰਹੀ ਆ। ਉੱਥੇ ਕੀ ਕਰਦੇ? ਮੈਂ ਭਾਈ ਇੱਥੇ ਉਲਟੀਆਂ ਕਰਦਾ ਵਾਂ। ਇਹਨਾਂ ਨੇ ਸਮਝਿਆ ਕਿਤੇ ਜੁੱਤੀ ਚੋਰ ਫੜਿਆ। ਜੁਮਾ ਪੜਨ ਗਿਆ ਇਹ ਤੇ ਦਾਬੂ, ਅਤੇ ਕਾਰੀ ਫੁੱਲ ਜੋਸ਼ੋ ਖਰੋਸ਼ 'ਚ ਤਕਰੀਰ ਕਰ ਰਿਹਾ, ਅਤੇ ਉਹਨੂੰ ਕਹਿੰਦਾ ਤੇਰੇ ਕਰਕੇ ਖਿਜਿਆ। ਇਹਦੀ ਬੁੱਢੀ ਕਹਿੰਦੀ ਮੈਂ ਤੇਰੇ ਮੂੰਹ 'ਚ ਝਾੜੂ ਦੇ ਗਾ ਨਾ, ਤੈਨੂੰ ਲਾਹੌਰ ਭੇਜ ਦੇਣਾ, ਕਹਿੰਦਾ ਦੋ ਤੀਲੇ ਘੱਟ ਰੱਖੀ ਮੈਂ ਸ਼ੇਖਪੁਰੇ ਉਤਰ ਜਾਣਾ। ਇਹ ਡਾਕਟਰ ਸੀ ਅਤੇ ਇੱਕ ਲਾਹੌਰ ਜਾਣ ਦੇ ਪੈਸੇ ਹੈਨੀ ਸੀ। ਇਹਨੇ ਭਾਈ ਇੱਕੋ ਇੱਕ ਮਰੀਜ਼ ਆਇਆ, ਉਹਨੂੰ ਹੈਗੀ ਸੀ ਸ਼ੂਗਰ, ਉਹਨੂੰ ਕਹਿੰਦਾ ਓਏ ਇਹਨੂੰ ਲਾਹੌਰ ਲੈ ਜਾਓ, ਨਾਲ ਮੈਨੂੰ ਵੀ ਲੈ ਜਾਓ। ਮੱਝੇ 'ਚ ਜੁਮਾ ਬੜਾ ਪੜ੍ਹਨ ਚੱਲ ਜਾਂਦਾ ਵਾ। ਪਹਿਲੇ ਵਾਰੀ ਜੁਮਾ ਪੜ੍ਹਨ ਜਾਂਦਾ ਜੁੱਤੀ ਚੱਕੀ ਜਾਂਦੀ, ਫਿਰ ਦੂਜੀ ਵਾਰੀ ਜੁਮਾ ਪੜ੍ਹਨ ਜਾਂਦਾ ਜੁੱਤੀ ਚੱਕੀ ਜਾਂਦੀ, ਤੀਜੀ ਵਾਰੀ ਜੁਮਾ ਪੜ੍ਹੇ ਅੱਗੇ ਜੁੱਤੀ ਰੱਖ ਕੇ ਜੁਮਾ ਪੜ੍ਹਨ ਲੱਗ ਜਾਂਦਾ। ਕੈਰੀ ਕਹਿੰਦਾ ਪੁੱਤ ਅੱਗੇ ਰੱਖ ਕੇ ਜੁੱਤੀ ਰੱਖ ਨਾ ਜੁਮਾ ਨਹੀਂ ਹੁੰਦੀ, ਕਹਿੰਦਾ ਕੈਰੀ ਸਾਹਿਬ ਜੇ ਪਿੱਛੇ ਜੁੱਤੀ ਰੱਖੋ ਤਾਂ ਜੁੱਤੀ ਨਹੀਂ ਹੁੰਦੀ। ਇਹਨਾਂ ਕਰੋ ਚੋਰ ਚੋਰੀ ਕਰਕੇ ਦੌੜਨ ਦਿਆ ਅਤੇ ਉਹਦੇ ਨਾਲ ਦੌੜਨ ਦਿਆ, ਕਹਿੰਦਾ ਤੇਰੀ ਮੈਂ ਤੋਂ ਜ਼ਿਆਦਾ ਦੌੜਾ। ਕਹਿੰਦਾ ਘਰ ਚੋਰ ਆਉਂਦੇ, ਕਹਿੰਦਾ ਸੋਣਾ ਕਿੱਥੇ, ਪਾਸਾ ਮਾਰ, ਕਹਿੰਦਾ ਇੱਧਰ ਤੂੰ ਸੋ ਇੱਧਰ ਮੈਂ ਸੋ ਇਹਨਾਂ। ਹਾਂ ਭਾਈ ਦਾ ਗੋਲ ਨਾ ਮੂੰਹ ਦੇਖੋ, ਜਿੱਦਾਂ ਰਿੱਛ ਨੂੰ ਘਸੌਣ ਮਾਰਿਆ ਹੁੰਦਾ। ਰਿੱਛ ਦਾ ਘਸੌਣ ਹੁੰਦਾ ਇਹਨੂੰ ਹੀ ਮੈਂ ਯਾਦ ਕਰ ਰਿਹਾ। ਅਰੇ ਅੱਬੇ ਨੂੰ ਟੀਵੀ ਹੋ ਗਈ ਤੇ ਸਾਈਕਲ ਤੇ ਭਾਗ ਲਈ ਆ ਰਿਹਾ, ਮੈਂ ਕਿਹਾ ਕਿੱਥੇ ਚੱਲਾਂ, ਕਹਿੰਦਾ ਕੇਬਲ ਲਵਾਉਣ ਚੱਲਾਂ। ਇਹ ਨਾ ਬਾਂਦਰ ਨੂੰ ਮੋਢੇ ਭਾਗ ਲੈ ਕੇ ਜਾਂਦੇ ਹੁੰਦੇ, ਮੈਂ ਕਿੱਥੇ ਲੈ ਕੇ ਚੱਲਾਂ, ਕਹਿੰਦਾ ਭਤੀਜੇ ਨੂੰ ਦਾਮ ਕਰਾਉਣ ਚੱਲਾਂ। ਇਹ ਵੀ ਨਾ ਫਲੈਕਸ ਦੇ ਉੱਤੇ ਨਾ ਬਾਂਦਰ ਦੀ ਤਸਵੀਰ ਬਣਾ ਕੇ ਨਾ ਰੋਈ ਆਇਆ, ਮੈਂ ਕਿਹਾ ਇਹ ਕੀ ਹੋਇਆ, ਕਹਿੰਦਾ ਅੱਬੇ ਦਾ ਮੂੰਹ ਬਦਲ ਗਿਆ। ਇਹ ਵੀ ਮੋਢੇ ਦਰਵਾਜ਼ੇ ਰੱਖ ਕੇ ਲੈ ਕੇ ਜਾਂਦੇ, ਮੈਂ ਕਿੱਥੇ ਲੈ, ਕਹਿੰਦਾ ਤਾਲਾ ਖਲਾਣ ਚੱਲਾਂ। ਇਹ ਅੱਜ ਸ਼ਾਪਰ ਬਾਗ ਨਾ ਆਈ ਆਵੇ, ਮੈਂ ਕਿਹਾ ਇਹ ਕਾਹਤੋਂ, ਕਹਿੰਦਾ ਅਕਲ 'ਚ ਪਾਣੀ ਪੈ ਜਾਂਦਾ। ਇਹ ਸਿਰ ਦੁਖਾਉਂਦਿਆ ਹੁੰਦਾ, ਭੈਣ ਡੋਲ ਦੀ ਖਾ ਕੇ ਨਾ ਮੂਧਾ ਹੋ ਜਾਂਦਾ, ਮੈਂ ਕਿਹਾ ਇਹ ਕੀ, ਕਹਿੰਦਾ ਸਿਰ ਦੀ ਗੁਲੇ ਢਿੱਡ ਨਾਲ ਚੱਲ ਜਾਵੇ। ਡਾਕਟਰ ਨੇ ਇਹਨੂੰ ਕਿਹਾ ਨਰਮ ਗਿਆ ਕਹਾਣੀ ਆ, ਦੋ ਪੈਂਪਰ ਚਾਹ ਨਾ ਖਾ ਗਿਆ। ਇਹਦੇ ਅੱਬੇ ਨੂੰ ਭਾਈ ਗੈਸ ਹੋਈ ਹੁੰਦੀ ਅਤੇ ਦੋ ਸਿਲੰਡਰ ਭਰਾ ਲਿਆਂਦਾ। ਇਹ ਗੋਸ਼ਤ ਵਾਲੀ ਦੁਕਾਨ ਵਾਲਾ ਗੋਸ਼ਤ ਵਾਲੇ ਕੋਲ ਗਿਆ, ਹੁਣ ਜਾ ਕਹਿੰਦਾ ਇੱਦਾਂ ਦਾ ਸਰੀਲਾ ਆ ਗੋਸ਼ਤ ਕਰਦੇ, ਕਹਿੰਦਾ ਮੈਂ ਉਹਨੂੰ ਸਰਾਟ ਆਇਆ। ਇਹਨਾਂ ਘਰ ਕੂੜੇ ਵਾਲਾ ਆਇਆ ਅਤੇ ਭੱਜ ਕੇ ਰੇੜੀ 'ਤੇ ਬਹਿ ਗਿਆ, ਕਹਿੰਦਾ ਚਲੋ ਉਹਨੇ ਆਪਣੇ ਕੂੜੇ ਵਾਲੇ ਬੋਰੇ ਦੇ ਪਿੱਛੇ ਲਗਾਇਆ, ਸਾਡੀ ਇਹਦੇ ਤੋਂ ਇਲਾਵਾ ਹੋਰ ਕੋਈ ਬ੍ਰਾਂਚ ਨਹੀਂ। ਨਾਲ ਹੁਣ ਹੈਗੇ ਆ ਜੱਟ ਸਾਹਿਬ, ਆ ਇਹਨਾਂ ਚੈਨਲ ਦਾ ਨਾਮ ਹੈਗਾ ਕਮਲਾ ਅਤੇ 007, ਇਹੀ ਆ ਜੀ ਜੀ ਜੀ। ਇਹਨਾਂ ਨੇ ਆਪਣਾ ਨਵਾਂ ਨਵਾਂ ਗਾਣਾ ਗਾਇਆ ਵਾ ਦੁਆ, ਉਹਦੇ ਇੱਕ ਦੋ ਬੋਲ ਸੁਣਾਂਗੇ, ਥੋੜ੍ਹੀ ਇਹਦੀ ਆਵਾਜ਼ ਸੁਣਾਂਗੇ ਅਤੇ ਉਸ ਤੋਂ ਬਾਅਦ ਸ਼ੋਅ ਦਾ ਡੀ ਐਂਡ ਕਰਾਂਗੇ।
ओ तू की जाने तेरे उत्ते किन्ना मान सी, तू यो मेरी जिंदगी ते तू यो जान सी, मैनू की पता सी तेरे दिल विच चोर है, तू सच कहंदी तेरी लगी किते होर है, पर फिर भी मेरे दिल चो तेरे लिए हो द्वार है, वे रब्बा खुश रखी ओनू जिथे जी दे नाल रहे, रब्बा खुश रखी ओनू जिथे जी दे नाल रहे। वाह जी वाह, बड़ी जबरदस्त आवाज है भरा दी, भाई वास्ते ताड़िया हो जाने एक बारी। जल्दी अपने चैनल पर गाना भी रिलीज करेंगे, तुसी उत्थे जाके लाजमी सर्च करना कमला 007। तो असं ऐसे नाल अपने शो का दी एंड करते हैं, फिर तुहानू नैक्सट शो च मिलांगे, ते अल्लाह हाफिज़।